ਹੈਲੋ ਗੁੱਡ ਮਾਰਨਿੰਗ ਸਟੂਡੈਂਟਸ ਮੈਂ ਬਿੰਟੂ ਚੋਧਰੀ ਤੁਹਾਡਾ ਆਨਲਾਈਨ HTML ਐਡੀਟਰ ਵਿੱਚ ਵੈਲਕਮ ਕਰਦਾ ਹਾਂ ਤਾਂ ਅੱਜ ਅਸੀਂ HTML ਟੇਬਲ ਵਿੱਚ ਟੇਬਲ ਦਾ 셀 ਕੰਟੈਂਟਸ ਦੀ ਅਲਾਈਨਮੈਂਟ ਨੂੰ ਸੈੱਟ ਕਰਨਾ ਸਿੱਖਾਂਗੇ ਹਾਂ ਸਭ ਤੋਂ ਪਹਿਲਾਂ ਅਸੀਂ ਇੱਕ ਆਪਣੀ ਆਨਲਾਈਨ HTML ਐਡੀਟਰ ਵਿੱਚ HTML ਦਾ ਪ੍ਰੋਗਰਾਮ ਰੈਡ ਕਰ ਰਹੇ ਨੀਂਗਾ ਅਸੀਂ ਇੱਕ ਆਪਣੇ ਬਹੁਤ ਸਿੰਪਲ ਮੈਸੇਜ ਇਸ ਵਿੱਚ ਅਸੀਂ ਚੇਂਜਿੰਗ ਦਾ ਅਲਾਈਨ ਵੈਂਟ ਆਫ ਦਾ ਟੇਬਲ অর ਸੈਲਨ ਵੈਲ ਇੱਕ ਦਾ ਸਿੰਪਲ ਜਿਹਾ ਮੈਸੇਜ ਸਾਡੇ ਕੋਲ ਅਸੀਂ ਉਸ ਤੋਂ ਬਾਅਦ ਇੱਕ ਟੇਬਲ ਕ੍ਰੀਏਟ ਕਰਾਂਗੇ ਜਿਸ ਦੇ ਵਿੱਚ ਅਸੀਂ ਅੱਜ 50% ਯੂਜ਼ ਕਰਾਂਗੇ ਉਸ ਤੋਂ ਇਲਾਵਾ ਅਸੀਂ ਇੱਕ ਇਸ ਵਿੱਚ ਬੋਰਡਰ ਨੂੰ ਸੈੱਟ ਕਰਦਨੇ ਹਾਂ ਤੇ ਟੇਬਲ ਨੂੰ ਕਲੋਜ਼ ਕਰ ਦਮੇ फस्ट रो अभी क्रिएट करा उस टी एच रोल नंबर सैगिड इस नेम यूज़ करा एक असं होर क्रिएट कर लें जिसकी क्लास मैनशन कर दिया जाए तो कोई को रो क्रिएट हो गई है ਇੱਕ 로ਸੀ 포트레이트 ਕਰ ਲੈਨੇ ਹਾਂ ਜਿਸ ਵਿੱਚ ਅਸੀਂ ਡਾਟ ਐਨੋਫਿਲ ਕਾ ਦੇ ਫਸਲ ਇੰਟੀਰੀ 3D ਵਿੱਚ ਬਲੋਜ਼ ਪ੍ਰੋਬਲਮ ਨੰਬਰ 1 ਅਸੀਂ ਇਸ ਨੂੰ ਪੂਰੀ ਪਿਸਟ ਕਰ ਦਿੰਨੇ ਹਾਂ ਸਾਈਡ ਵਿੱਚ ਉਸ ਦਾ ਨੇਮ ਹੈ ਹਾਰੀਜ਼ਨਟਲ 소니아 타르두ਸ ਦੀ ਫੋਲਡਰ ਤੱਕ ਅਸੀਂ ਬਣਾ ਇੱਕ 50% ਦੀ ਵਿਡਥ ਨਾਲ ਆਰਟੀਕਲ ਤੇ ਬਿਲਕੁਲ ਕਰ ਲਿਆ ਅਲਾਈਨਮੈਂਟ ਨੂੰ ਅਸੀਂ ਦੋ ਤਰੀਕਿਆਂ ਨਾਲ ਸੈੱਟ ਕਰ ਸਕਦੇ ਹਾਂ ਹਰੀਜ਼ਨਟਲ ਲੇਟਵੇਂ ਰੂਪ ਵਿੱਚ ਅਤੇ ਵਰਟੀਕਲ ਖੜਵੇਂ ਰੂਪ ਵਿੱਚ ਟੇਬਲ ਨੂੰ ਸਿਰਫ ਲੇਟਵੇਂ ਰੂਪ ਵਿੱਚ ਹੀ ਅਲਾਈਨ ਕੀਤਾ ਜਾ ਸਕਦਾ ਹੈ ਜਦੋਂ ਕਿ ਅਸੀਂ ਸੈੱਲ ਕੰਟੈਂਟ ਲੇਟਵੀ ਅਤੇ ਖੜਵੇਂ ਦੋਨੋਂ ਤਰੀਕਾ ਨਾਲ ਅਲਾਈਨ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਟੇਬਲ ਨੂੰ ਅਲਾਈਨ ਕਰਨਾ ਸਿੱਖਾਂਗੇ ਉਸ ਲਈ ਅਸੀਂ ਟੇਬਲ ਵਿੱਚ ਜਾ ਕੇ ਅਲਾਈਨ ਐਟਰੀਬਿਊਟਸ ਕਰਾਂਗੇ ਤੇ ਇਹ ਤੇ ਫਿਰ ਇਸ ਵਿੱਚ ਜਸ ਹੀ ਸਟੀ ਵੈਲਿਊ ਨੂੰ ਸੈਂਪਰ ਕਰਦੇ। ਬਾਇਟਫਾਲ ਟੇਬਲ ਵੈਬ ਪੇਜਾਂ ਵਿੱਚ ਖੱਬੇ ਪਾਸੇ ਵੱਲ ਅਲਾਈਨ ਦਿਖਾਇਆ ਜਾਂਦਾ ਹੈ। ਟੇਬਲ ਟੈਗ ਵਿੱਚ ਅਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਟੇਬਲ ਦੀ ਅਲਾਈਨਮੈਂਟ ਨੂੰ ਲੇਟਵੇਂ ਰੂਪ ਵਿੱਚ ਬਦਲ ਸਕਦੇ ਹਾਂ। ਟੇਬਲ ਟੈਗ ਲਈ ਅਲਾਈਨ ਐਟਰੀਬਿਊਟ ਦੇ ਮੂਲ ਰਾਈਟ, ਲੈਫਟ ਜਾਂ ਸੈਂਟਰ ਹੁੰਦੇ ਹਨ। ਫੋਰ ਐਗਜ਼ਾਮਪਲ ਸਾਈਡ ਬੀ ਕੋਲਟਲੀ ਸਮੇ ਬਾਈਡ ਆਫ ਹਰ ਟੇਬਲ ਜੋ ਹੈ ਉਹ ਲੈਫਟ ਸਾਈਡ ਤੇ ਹੈ ਅਸੀਂ ਇਸ ਨੂੰ ਰਾਈਟ ਸਾਈਡ ਤੇ ਵੀ ਕਰ ਸਕਦੇ ਹਾਂ ਜਿਵੇਂ ਅਸੀਂ ਇਸ ਨੂੰ ਲਾਈਨ ਕੀਤਾ ਟਰੂ ਰਾਈਟ ਸੈੱਟ ਕੀਤਾ ਤਾਂ ਸਾਡਾ ਟੇਬਲ ਜੋ ਹੈ ਉਹ ਆਉਟਪੁੱਟ ਦੀ ਸਕਰੀਨ ਤੇ ਰਾਈਟ ਹੈਂਡ ਸਾਈਡ ਚਲਾ ਗਿਆ ਹੈ ਐਸੀ ਤਰ੍ਹਾਂ ਅਸੀਂ ਸੈਂਟਰ ਲੀਫ ਕਰ ਸਕਦੇ ਤਾਂ ਸਾਡਾ ਟੇਬਲ ਸੈਂਟਰ ਵਿੱਚ ਆ ਗਿਆ ਹੈ ਬਾਈਡ ਵਰਟੀਕਲੀ ਲੈਫਟ ਹੀ ਹੁੰਦਾ ਹੈ TR TR ਟੈਗ ਲਈ ਅਲਾਈਨ ਐਟਰੀਬਿਊਟ ਬਾਏ ਡਿਫਾਲਟ ਟੇਬਲ ਰੋਜ਼ ਵਿੱਚ ਸੈੱਲ ਡਾਟਾ ਖੱਬੇ ਪਾਸੇ ਅਲਾਈਨ ਦਿਖਾਇਆ ਜਾਂਦਾ ਹੈ TR ਟੈਗ ਵਿੱਚ ਅਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਰੋ ਦੇ ਸਾਰੇ ਸੈੱਲਾਂ ਦੇ ਕੰਟੈਂਟ ਦੀ ਅਲਾਈਨਮੈਂਟ ਲੇਟਵੇਂ ਰੂਪ ਵਿੱਚ ਬਦਲ ਸਕਦੇ ਹਾਂ TR ਟੈਗ ਲਈ ਅਲਾਈਨ ਐਟਰੀਬਿਊਟ ਦਾ ਮੁੱਲ ਰਾਈਟ ਲੈਫਟ ਸੈਂਟਰ ਜਾਂ ਜਸਟੀਫਾਈ ਸੈੱਟ ਕੀਤਾ ਜਾ ਸਕਦਾ ਹੈ ਉਸ ਲਈ ਅਸੀਂ ਥੋੜੀ ਜਿਹੀ ਵਿਚ ਤੁਹਾਨੂੰ ਮਦਦ ਲੈਣੇ ਆ ਤੇ ٹی ਆਰ ਟੈਗ ਦੇ ਅੰਦਰ ਸੀ ਸੇਮ ਉਸੇ ਦਾ ਅਲਾਈਨ ਇਸ ਦੇ ਐਟਰੀਬਿਊਟ ਅਲਾਈਨ ਵਿੱਚ ਵੈਲਿਊ ਅਸਾਈਨ ਕਰਾਂਗੇ ਜਿਵੇਂ ਕਿ ਲੈਫਟ ਜਿਸ ਜਿਸ ٹی ਆਰ ਵਿੱਚ ਅਸੀਂ ਅਲਾਈਨ ਐਟਰੀਬਿਊਟ ਯੂਜ਼ ਕਰ ਰਹੇ ਹਾਂ ਜੋ ਅਸੀਂ ਇਸ ਦੀ ਵੈਲਿਊ ਅਸਾਈਨ ਕਰਾਂਗੇ ਉਸ TR ਦੇ ਸਾਰੇ ਕਾਲਮ ਜਾਂ 셀 ਦੇ ਕਪਟੈਂਟ ਜੋ ਹੈ ਉਹ ਲੈਫਟ ਹੈਂਡ ਜਾਂ ਰਾਈਟ ਜਾਂ ਸੈਂਟਰ ਅਲਾਈਨ ਸੈਟ ਹੋ ਜਾਣਗੇ ਜਿਵੇਂ ਕਿ ਅਸੀਂ ਲੈਫਟ ਝੂਸ ਕੀਤਾ ਤੇ ਉਸ ਉਸ DR ਦੀਆਂ ਸਾਰੇ 셀 ਦੇ ਕਪਟੈਂਟ ਜੋ ਹੈ ਉਹ ਲੈਫਟ ਹੈਂਡ ਸਾਈਡ ਚਲੇ ਗਏ ਹਨ ਇਸੇ ਤਰ੍ਹਾਂ ਅਸੀਂ ਰਾਈਟ ਝੂਸ ਕਰਾਂਗੇ ਤਾਂ ਸਾਡੇ 셀 ਦੇ ਕਪਟੈਂਟ ਜੋ ਹੈ ਉਹ ਰਾਈਟ ਹੈਂਡ ਸਾਈਡ ਚਲੇ ਗਏ ਹਨ ਸੇਮ ਇਸੇ ਤਰ੍ਹਾਂ ਅਸੀਂ ਸੈਂਟਰ ਝੂਸ ਕਰਾਂਗੇ ਇਸ ਕੋਲ ਅਸੀਂ ਜਸਟ ਦੀ 5 ਵੀਕ ਯੂਸ ਕਰ ਸਕਦੇ ਹਾਂ ਤਾਂ ਨੈਕਸ ਅਸੀ ਵਾਲੇ ਕਰਦੇ ਹਾਂ ਪੀ ਐਚ 10 ਦੀ ਇਸ ਵਿੱਚ ਇਸ ਸੈੱਲ ਦਾ ਡੋਵੀ ਡਾਟਾ ਹੁੰਦਾ ਹੈ ਪੋਵੋ ਬਾਈ ਡਿਫਾਲਟ ਸੈਂਟਰ ਅਲਾਈਨ ਹੁੰਦਾ ਹੈ ਅਸੀਂ ਇਸ ਦੇ ਅਲਾਈਨ ਲੋ ਵੀ ਸੈੱਟ ਕਰ ਸਕਦੇ ਹਾਂ ਅਲਾਈਨ ਅਸੀਂ ਲੈਫਟ ਯੂਜ਼ ਕੀਤਾ ਤਾਂ ਅਸੀਂ ਵੇਖਿਆ ਸਾਡੇ ਕੋਲੇ ਰੋਲ ਨੰਬਰ ਚੋ ਸੈੱਲ ਹੈ ਉਸ ਦੀ ਅਲਾਈਨ ਲੈਫਟ ਹੋ ਗਈ ਹੈ ਐਸੇ ਤਰ੍ਹਾਂ ਸੀ ਇਸ ਨੂੰ ਬਾਈ ਡਿਫਾਲਟ ਨੇ ਸੈਂਟਰ ਹੁੰਦਾ ਹੀ ਹੁੰਦਾ ਹੈ ਕਸੀ ਇਸ ਨੂੰ ਰਾਈਟ ਵੀ ਉਸ ਕਰ ਸਕਦੇ ਹਾਂ ਇਸ ਤੋਂ ਇਲਾਵਾ ਇਸ ਨੂੰ ਜਸਟੀਫਾਈ ਵੀ ਉਸ ਕਰ ਸਕਦੇ ਹਾਂ ਸੈਂਪਲ ਸਟਰਾਕਚਰ ਦੇ ਕੋਲੇ ਨੈਕਸਟ ਜੋ ਹੈ ਉਹ ਹੈ ਟੇਡੀ ਸੈਲ ਬਾਇ ਡਿਫਾਲਟ ਟੇਡੀ ਦਾ ਜੋ ਸੈਲ ਕੰਟੈਂਟ ਹੁੰਦਾ ਹੈ ਉਹ ਲੈਫਟ ਹੈਂਡ ਸਾਈਡ ਹੁੰਦਾ ਹੈ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਰੋਲ ਨੰਬਰ ਜੋ ਅਸੀਂ ਫਿਲ ਕੀਤਾ ਹੈ ਰੋਲ ਨੰਬਰ 2 ਹੈ ਉਹ ਉਹਨਾਂ ਜੋ ਹੈ ਉਹ ਬਾਈ ਡਿਫਾਲਟ ਲੈਫਟ ਹੈਂਡ ਸਾਈਡ ਹੈ ਅਸੀਂ ਇਸੇ ਦੀ ਅਲਾਈਨ ਸੈੱਟ ਕਰ ਸਕਦੇ ਹਾਂ ਅਸੀਂ ਟੀਡੀ ਵਿੱਚ ਜਾ ਕੇ ਅਲਾਈਨ ਅਸੀਂ ਸਿਰ ਰਾਈਟ ਹੈਂਡ ਕਰ ਦਿੱਤਾ ਇਸ ਤਰ੍ਹਾਂ ਅਸੀਂ ਇਹ ਜੋ ਹੈ ਸਾਡਾ ਉਹ ਰਾਈਟ ਹੈਂਡ ਸਾਈਡ ਚਲਾ ਗਿਆ ਸੇਮ ਇਸੇ ਤਰ੍ਹਾਂ ਅਸੀਂ ਇਸ ਨੂੰ ਸੈਂਟਰ ਲਾਈਨ ਵੀ ਕਰ ਸਕਦੇ ਹਾਂ ਇਸ ਤੋਂ ਇਲਾਵਾ ਸੀ ਜਸਟੀਫਾਈ ਵੀ ਯੂਜ਼ ਕਰ ਸਕਦੇ ਹਾਂ ਨੈਕਸਟ ਸਾਡੇ ਕੋਲੇ ਕੈਪਸ਼ਨ ਟੈਗ ਆਂਦਾ ਹੈ ਬਾਇ ਡਿਫਾਲਟ ਇੱਕ ਟੇਬਲ ਟਾਈਟਲ ਸੈਂਟਰ ਲਾਈਨ ਹੁੰਦਾ ਹੈ ਅਸੀਂ ਕੈਪਸ਼ਨ ਟੈਗ ਨੂੰ ਸਟਾਰਟਿੰਗ ਵਿੱਚ ਲੂਜ਼ ਕੀਤਾ ਸੀ ਕੈਪਸ਼ਨ ਕੈਪਸ਼ਨ ਟੈਗ ਟੇਬਲ ਦਾ ਟਾਈਟਲ ਦੇ ਲਈ ਯੂਜ਼ ਕੀਤਾ ਜਾਂਦਾ ਹੈ ਫੋਰ ਦਿਨ ਪਰਸਪੈਕਟਿਵ ਤੇ ਤੋਂ ਡਾਟ ਇਨਫਰਮੇਸ਼ਨ ਐਂਟਰ ਕਰ ਦਨੇ ਆ ਤਾਂ ਅਸੀਂ ਵੇਖਿਆ ਸਾਡੇ ਟੇਬਲ ਦੇ ਉੱਪਰਲੇ ਵਾਲੇ ਪਾਸੇ ਇੱਕ ਟਾਈਟਲ ਬਣ ਗਿਆ ਹੈ ਜਿਸ ਦਾ ਨਾਮ ਸੀ ਸਟੂਡੈਂਟ ਇਨਫਾਰਮੇਸ਼ਨ ਸੈੱਟ ਕੀਤਾ ਹੋਇਆ ਆਮ ਤੌਰ ਤੇ ਕੈਪਸ਼ਨ ਟੈਗ ਲਈ ਅਲਾਈਨ ਐਟਰੀਬਿਊਟ ਦਾ ਮੁੱਲ ਟੌਪ ਜਾਂ ਬੋਟਮ ਸੈੱਟ ਕੀਤਾ ਜਾ ਸਕਦਾ ਹੈ ਬਾਈ ਡਿਫਾਲਟ ਇਹ ਟੌਪ ਸੈੱਟ ਹੁੰਦਾ ਹੈ ਅਸੀਂ ਇਸ ਨੂੰ ਬੋਟਮ ਬਲ ਵੀ ਸੈੱਟ ਕਰ ਸਕਦੇ ਹਾਂ ਤਾਂ ਉਸ ਲਈ ਸਾਨੂੰ ਕੈਪਸ਼ਨ ਟੈਗ ਵਿੱਚ ਜਾ ਕੇ ਅਲਾਈਨ ਬੋਟਮ ਜਿਸ ਕਰ ਵਾ ਤਾਂ ਸਾਡਾ ਟੇਬਲ ਦਾ ਜੋ ਟਾਈਟਲ ਸੀ ਉਹ ਬੋਟਮ ਅਲਾਈਨ ਸੈੱਟ ਹੋ ਰਿਹਾ ਹੈ CSS ਸਟਾਈਲ ਸ਼ੀਟਾਂ ਦੀ ਬਾਤ ਰਹੀ ਵਰਤੋਂ ਕਾਰਨ ਹੁਣ ਐਸਟਿਮਲ 5 ਨੇ ਇਸ ਟੈਗ ਨੂੰ ਬੰਦ ਕਰ ਦਿੱਤਾ ਹੈ ਤਾਂ ਇਹ ਜੀ ਸਾਡੇ ਕੋਲ ਇਹ ਹਾਰੀਜ਼ਨਟਲ ਅਲਾਈਨਮੈਂਟ ਤਾਂ ਨੈਕਸਟ ਅਸੀਂ ਗੱਲ ਕਰਾਂਗੇ ਖੜਵੇਂ ਰੂਪ ਵਿੱਚ ਅਲਾਈਨਮੈਂਟ ਸੈੱਟ ਕਰਨ ਸੈਟਿੰਗ ਵਰਟੀਕਲ ਅਲਾਈਨਮੈਂਟ ਅਸੀਂ ਵੀ ਅਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਸਿਰਫ 셀 ਕੰਟੈਂਟ ਦੀ ਅਲਾਈਨਮੈਂਟ ਨੂੰ ਹੀ ਖੜਵੇਂ ਰੂਪ ਵਿੱਚ ਸੈੱਟ ਕਰ ਸਕਦੇ ਹਾਂ HTML ਵਿੱਚ ਵੀ ਅਲਾਈਨ ਐਟਰੀਬਿਊਟ ਦੀ ਵਰਤੋਂ TD TH ਅਤੇ TR ਟੈਗ ਵਿੱਚ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਅਸੀਂ TR ਟੈਗ ਉਸ ਲਈ ਅਸੀਂ ਟੇਬਲ ਦੀ ਹਾਈਟ ਨੂੰ ਥੋੜਾ ਜਿਹਾ ਵਧਾਇਆ ਅਸੀਂ ਸਵਿਚ ਚਾਰਸੋ ਜਿਆਦਾ ਮੀਅਸਰ ਦੇ ਸੀ ਟੂ ਹੰਡਰਡ ਫੇਸ ਕਰ ਲੈਂਦੇ ਤੇ ਬਾਕੀ ਅਸੀਂ ਉਸ ਸਮੇਂ ਲਈ ਜੇ ਜਾ ਰਿਮੂਵ ਕਰ ਦਿੰਦੇ ਹਾਂ ਵੀ ਅਲਾਈ ਦੀ ਗੱਲ ਕਰਾਂਗੇ ਬਾਈ ਡਿਫਾਲਟ ਟੇਬਲ ਰੋ ਵਿੱਚ ਸੈਲ ਡਾਟਾ ਨੂੰ ਖੜਵੇਂ ਤੌਰ ਤੇ ਸੈਂਟਰ ਵਿੱਚ ਅਲਾਈ ਦਿਖਾਇਆ ਜਾਂਦਾ ਹੈ ਟੀ ਆ ਟੈਗ ਵਿੱਚ ਵੀ ਅਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਰੋ ਦੇ ਸਾਰੇ ਸੈੱਲਾਂ ਲਈ ਕੰਟੈਂਟ ਦੇ ਖੜਵੇਂ ਰੂਪ ਵਿੱਚ ਅਲਾਈਨਮੈਂਟ ਨੂੰ ਬਦਲ ਸਕਦੇ ਹਾਂ ਉਸ ਦੇ ਅਪਲਾਈ ਵੀ ਅਲਾਈਨ ਯੂਜ਼ ਕਰਨਗੇ ਸਾਡੇ ਕੋਲੇ ਇਸ ਸਮੇਂ ਰੋਲ ਨੰਬਰ ਜੋ ਹੈ ਉਹ ਮਿਡਲ ਵਿੱਚ ਹੈ ਅਸੀਂ ਵੀ ਅਲਾਈਨ ਰੂਜ਼ ਕਰਦੇ ਹੋਏ ਤੁਸੀਂ ਟੋਪ ਵੀ ਯੂਜ਼ ਕਰ ਸਕਦੇ ਹਾਂ ਅਸੀਂ ਵੇਖਿਆ ਅਸੀਂ ਟੀ ਆਰ ਟੈਗ ਵਿੱਚ ਵੀ ਅਲਾਈਨ ਐਟਰੀਬਿਊਟ ਯੂਜ਼ ਕਰਕੇ ਜਦੋਂ ਤੁਸੀਂ ਦੀ ਵੈਲਿਊ ਅਸੀਂ ਟੋਪ ਫਿਲ ਕੀਤੀ ਤਾਂ ਇਸ ਦੇ ਅੰਦਰ ਦੋ ਦੋ ਸੈਲ ਦੇ ਵਿੱਚ ਕੰਟੈਂਟ ਸੀ ਉਸ ਦੀ ਬੀ ਲਾਈਨ ਟੋਪ ਹੋ ਗਈ ਹੈ ਅਸੀਂ ਇਸ ਨੂੰ ਬੋਟਮ ਵੀ ਯੂਜ਼ ਕਰ ਸਕਦੇ ਹਾਂ ਸੇਮ ਐਸੇ ਤਰ੍ਹਾਂ ਇਹੀ ਐਟਰੀਬਿਊਟ T T ਜਾਂ ਜਿਹੜਾ ਵੀ ਤੁਸੀਂ ਕਸਟਮ ਕਰਦੇ ਹੋ ਟਿੱਡੇੜੀ ਵਿੱਚ ਵੀ ਯੂਜ਼ ਕਰ ਸਕਦੇ ਹਾਂ ਵੀ ਅਲਾਈ ਵਨ ਸਟਾਪ ਪੌਪ ਚ ਹੋ ਗਿਆ ਹੈ ਨੈਕਸਸੀ ਨੇਮ ਬੋਟਮ ਜਿਸ ਕਰ ਲੈਨੇ ਆ ਤਾਂ ਪਿਆਰੇ ਬੱਚਿਓ ਏਸੀ ਸਾਡੇ ਕੋਲੇ ਅੱਜ ਐਸਟਮਲ ਟੇਬਲ ਵਿੱਚ ਟੇਬਲ ਅਤੇ ਸੈਲ ਦੀ ਅਲਾਈਨਮੈਂਟ ਨੂੰ ਸੈੱਟ ਕਰਨਾ ਜਿਸ ਵਿੱਚ ਅਸੀਂ ਵਰਟੀਕਲ ਅਤੇ ਹਰੀਜ਼ਨਟਲ ਸੈਲਾਂ ਅਲਾਈਨ ਕਰਨਾ ਸਿੱਖਿਆ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਐਸਟਮਲ ਦੇ ਇੰਦੇਵੇ ਮਿਕ ਟੋਪਿਕ ਨਾਲ ਜੇਕਰ ਤੁਸੀਂ ਅਜੇ ਤੱਕ ਮੇਰੇ ਇਸ YouTube ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਜਿੰਨੀ ਜਲਦੀ ਤੋਂ ਜਲਦੀ ਲਾਈਕ ਅਤੇ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਥੈਂਕ ਯੂ ਹੈਵ ਅ ਨਾਈਸ ਡੇ